ਦਿੱਲੀ ਦੇ ਘਰ ਵਿੱਚ ਰਾਤ ਦੇ 3 ਵਜੇ ਘੈਂਟੀ ਵੱਜਦੀ ਹੈ। ਘਰ ਵਾਲੇ ਉੱਠ ਕੇ ਬੂਹਾ ਖੋਲ੍ਹਦੇ ਨੇ ਅਤੇ ਬਾਹਰ ਨਾ ਕੋਈ ਬੰਦਾ ਨਾ ਕੋਈ ਬੰਦੇ ਦੀ ਜ਼ਾਤ। ਘਰ ਦਿੱਲੀ ਵਿੱਚ ਪਾਕਿਸਤਾਨੀ ਅੰਬੈਸੀ ਦੇ ਇੱਕ ਅਫਸਰ ਦਾ ਹੈ ਅਤੇ ਘੈਂਟੀ ਵਜਾਉਣ ਵਾਲੇ ਉਹ ਜਵਾਨ ਨੇ ਜਿਨ੍ਹਾਂ ਦੀ ਇੰਡੀਆ ਸਰਕਾਰ ਨੇ ਡਿਊਟੀ ਲਾਈ ਹੈ ਵੀ ਸਾਨੂੰ ਪਾਕਿਸਤਾਨ ਤੋਂ ਅਤੇ ਪਾਕਿਸਤਾਨੀਆਂ ਕੋਲੋਂ ਬਚਾਓ। ਇੱਧਰ ਇਸਲਾਮਾਬਾਦ ਵਿੱਚ ਇੰਡੀਅਨ ਅੰਬੈਸੀ ਆਪਣੇ ਕਾਮਿਆਂ ਲਈ ਇੱਕ ਨਵਾਂ ਘਰ ਬਣਵਾ ਰਹੀ ਹੈ। ਉੱਥੇ ਰਾਜ ਮਜ਼ਦੂਰ ਦਿਹਾੜੀ ਲਾਉਣ ਜਾਂਦੇ ਨੇ ਅਤੇ ਉੱਥੇ ਸਾਡੇ ਜਵਾਨ ਉਹਨਾਂ ਨੂੰ ਫੈਂਟੀ ਲਾ ਛੱਡਦੇ ਨੇ। ਇਹ ਜਵਾਨ ਉਹ ਨੇ ਜਿਨ੍ਹਾਂ ਦੀ ਪਾਕਿਸਤਾਨ ਸਰਕਾਰ ਨੇ ਡਿਊਟੀ ਲਾਈ ਹੈ ਵੀ ਤੁਸੀਂ ਇਸਲਾਮਾਬਾਦ ਵਿੱਚ ਕਿਸੇ ਇੰਡੀਅਨ ਨੂੰ ਸੁੱਖ ਦਾ ਸਾਹ ਨਹੀਂ ਲੈਣ ਦੇਣਾ। ਇੰਡੀਅਨ ਅੰਬੈਸੀ ਵਾਲੇ ਘਰੋਂ ਦੁੱਧ ਦਹੀਂ ਲੈਣ ਨਿਕਲਦੇ ਨੇ ਅਤੇ ਪਾਕਿਸਤਾਨੀ ਜਸੂਸ ਉਹਨਾਂ ਦੀ ਗੱਡੀ 'ਤੇ ਗੱਡੀ ਚਾੜ ਛੱਡਦੇ ਨੇ। ਦਿੱਲੀ ਵਿੱਚ ਪਾਕਿਸਤਾਨੀ ਅੰਬੈਸੀ ਵਾਲਾ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾਂਦਾ ਅਤੇ ਉਹਦੀ ਗੱਡੀ ਨੂੰ ਘੇਰ ਲੈਂਦੇ ਨੇ ਅਤੇ ਬੱਚਿਆਂ ਦੀਆਂ ਫੋਟੋਆਂ ਛਿੱਕਣੀਆਂ ਸ਼ੁਰੂ ਕਰ ਦਿੰਦੇ ਨੇ। ਇਹ ਸਾਡੇ ਰਾਖੇ ਇੱਕ ਦੂਸਰੇ ਦੇ ਡਿਪਲੋਮੈਟਾਂ ਨਾਲ ਕਰਦੇ ਕੀ ਪੈ ਨੇ? ਤੁਸੀਂ ਵੀ ਛੋਟਿਆਂ ਹੁੰਦਿਆਂ ਮੁਹੱਲੇ ਵਿੱਚ ਕਿਸੇ ਦੀ ਬੈਲ ਮਾਰ ਕੇ ਨੱਸੇ ਹੋਵੋਗੇ, ਕਦੀ ਕਿਸੇ ਦੇ ਘਰ ਲੱਗੀ ਬੇਰੀ 'ਤੇ ਵੱਟਾ ਮਾਰਿਆ ਹੋਏਗਾ। ਇਹ ਛੋਟੀਆਂ ਛੋਟੀਆਂ ਸ਼ਰਾਰਤਾਂ ਸਾਰੇ ਬੱਚੇ ਕਰਦੇ ਨੇ, ਲੇਕਿਨ ਇੰਡੀਆ ਪਾਕਿਸਤਾਨ ਤਾਂ ਹੁਣ ਬੱਚੇ ਨਹੀਂ ਰਹੇ, 70 ਵਰ੍ਹਿਆਂ ਦੇ ਹੋ ਗਏ ਨੇ, 4-5 ਜੰਗਾਂ ਲੜ ਚੁੱਕੇ ਨੇ ਅਤੇ ਇੱਕ ਜੰਗ ਮੁਸਲਸਲ ਸਵੇਰ ਸ਼ਾਮ ਮੀਡੀਆ 'ਤੇ LOC 'ਤੇ ਲੱਗੀ ਰਹਿੰਦੀ ਹੈ। ਬਾਰਡਰਾਂ 'ਤੇ ਬਿਜਲੀ ਦੇ ਕਰੰਟ ਵਾਲੀਆਂ ਤਾਰਾਂ ਛਿੱਕ ਛੱਡੀਆਂ ਨੇ। ਕੋਈ ਭਰਾ ਬੰਦੀ ਦੀ ਗੱਲ ਕਰੇ ਵੀ ਤਾਂ ਉਹਨੂੰ ਘਰੋਂ ਹੀ ਇੰਨੀਆਂ ਗਾਲਾਂ ਪੈਂਦੀਆਂ ਨੇ ਵੀ ਹੁਣ ਪਾਕ ਭਾਰਤ ਦੋਸਤੀ ਦਾ ਨਾਂ ਲੈਣ ਵਾਲਾ ਬੰਦਾ ਵੀ ਕੋਈ ਟਾਵਾਂ ਟਾਵਾਂ ਹੀ ਬਚਿਆ। ਪਹਿਲੇ ਜਿਹੜੇ ਫਨਕਾਰ ਟਾਈਪ ਲੋਕਾਂ ਨੂੰ ਵੀਜ਼ੇ ਦੇ ਛੱਡਦੇ ਸਨ ਉਹ ਵੀ ਬੰਦ ਨੇ। ਫਨਕਾਰਾਂ ਨੂੰ ਤਾਂ ਛੱਡੋ, ਮੇਰੀ ਇੱਕ ਦੋਸਤ ਨੇ ਆਪਣੇ 6 ਸਾਲ ਦੇ ਪੁੱਤਰ ਨੂੰ ਇੰਡੀਆ ਲੈ ਕੇ ਜਾਣਾ ਸੀ ਪਿਓ ਨੂੰ ਮਿਲਾਉਣ, ਉਹਨੂੰ ਵੀ ਵੀਜ਼ਾ ਨਹੀਂ ਦਿੱਤਾ, ਨਾਲ ਕੋਈ ਇਸ ਤਰ੍ਹਾਂ ਦੀ ਵੀ ਗੱਲ ਕੀਤੀ ਵੀ ਜੰਮਣ ਤੋਂ ਪਹਿਲਾਂ ਹੀ ਸੋਚ ਲੈਣਾ ਸੀ। ਸੁਣਿਆ ਹੈ ਇੰਡੀਆ ਵਿੱਚ ਇਲਾਜ ਵਧੀਆ ਅਤੇ ਸਸਤਾ ਹੁੰਦਾ। ਕਦੀ ਕਦੀ ਟਵਿੱਟਰ 'ਤੇ ਵੇਖਿਆ ਬਈ ਕੋਈ ਖੂਨ ਦੇ ਕੈਂਸਰ ਦਾ ਮਰੀਜ਼, ਕਿਸੇ ਦੇ ਬੱਚੇ ਦੇ ਦਿਲ ਵਿੱਚ ਸੁਰਾਖ, ਇਹ ਲੋਕ ਇੰਡੀਆ ਦੀ ਫੋਰਨ ਮਿਨਿਸਟਰ ਦੀ ਮਿੰਨਤ ਕਰਦੇ ਨੇ। ਉਹਨਾਂ ਦਾ ਮੂਡ ਚੰਗਾ ਹੋਵੇ ਤਾਂ ਉਹ ਮਿਹਰਬਾਨੀ ਕਰਕੇ ਵੀਜ਼ਾ ਦੇ ਦਿੰਦੀਆਂ ਨੇ, ਨਾ ਵੀ ਦੇਣ ਤਾਂ ਮਾੜਾ ਬੰਦਾ ਕੀ ਕਰ ਸਕਦਾ। ਲੇਕਿਨ ਮੈਂ ਇੱਕ ਵਾਰੀ ਦਿੱਲੀ ਤੋਂ ਵਾਪਸੀ 'ਤੇ ਪਾਕਿਸਤਾਨੀ ਮਰੀਜ਼ਾਂ ਦਾ ਨਾਲ ਭਰਿਆ ਇੱਕ ਪੂਰਾ ਜਹਾਜ਼ ਵੇਖਿਆ। ਸਾਰੇ ਇਲਾਜ ਕਰਾਉਣ ਇੰਡੀਆ ਗਏ ਸਨ। ਰਾਤੋ ਰਾਤ ਇੰਡੀਆ ਪਾਕਿਸਤਾਨ ਬਾਰਡਰ 'ਤੇ ਟੈਂਸ਼ਨਾਂ ਹੋ ਗਈਆਂ, ਵੀਜ਼ੇ ਕੈਂਸਲ ਹੋਣਾ ਸ਼ੁਰੂ ਹੋਏ ਅਤੇ ਇਹ ਸਾਰੇ ਮਰੀਜ਼ ਵਾਪਸ ਪਾਕਿਸਤਾਨ ਨੂੰ ਨੱਸੇ। ਕਈਆਂ ਨੇ ਹਸਪਤਾਲ ਵਾਲੇ ਕੱਪੜੇ ਹੀ ਪਾਏ ਸਨ, ਇੱਕ ਦੀ ਬਾਂਹ 'ਤੇ ਅਜੇ ਡ੍ਰਿਪ ਵੀ ਲੱਗੀ ਸੀ। ਇੰਡੀਆ ਪਾਕਿਸਤਾਨ ਦੀ ਦੁਸ਼ਮਣੀ ਪੱਕੀ ਹੈ, ਅਸੀਂ ਭਰਾ ਭਰੂ ਕੁਝ ਨਹੀਂ, ਲੇਕਿਨ ਕਮ ਅਜ਼ ਕਮ ਬੰਦੇ ਦੇ ਪੁੱਤਰ ਤਾਂ ਬਣ ਸਕਦੇ ਹਾਂ। ਕਮ ਅਜ਼ ਕਮ ਆਪਣੇ ਬੱਚਿਆਂ ਨੂੰ ਆਪਣੀ ਦੁਸ਼ਮਣੀ ਦੇ ਜ਼ਹਿਰ ਦੇ ਟੀਕੇ 'ਤੇ ਨਾ ਲਾਈਏ। ਕਈ ਸਾਲ ਪਹਿਲਾਂ ਮੈਨੂੰ ਲੰਡਨ ਵਿੱਚ ਇੰਡੀਅਨ ਜਵਾਨ ਮਿਲਿਆ, ਮੇਰੇ ਹੱਥ ਵਿੱਚ ਗੋਲਡ ਲੀਫ ਦੀ ਡੱਬੀ ਵੇਖ ਕੇ ਕੋਲ ਆਇਆ ਅਤੇ ਆਂਦਾ ਪਾਕਿਸਤਾਨੀ ਲੱਗਦੇ ਹੋ, ਇੱਕ ਸਿਗਰਟ 'ਤੇ ਪਿਆਓ। ਮੈਂ ਕਿਹਾ ਜਵਾਨਾਂ ਤੂੰ ਕਦੀ ਗਿਆ ਹੈ ਪਾਕਿਸਤਾਨ? ਆਂਦਾ ਮੈਂ 8ਵੀਂ ਜਮਾਤ 'ਚ ਸਾਂ, ਮੇਰੀ ਮਾਂ ਇਸਲਾਮਾਬਾਦ ਦੀ ਇੰਡੀਅਨ ਅੰਬੈਸੀ ਵਿੱਚ ਕੰਮ ਕਰਦੀ ਸੀ, ਮੈਂ ਇੱਕ ਦੋਸਤ ਨਾਲ ਇਸਲਾਮਾਬਾਦ ਦੇ ਪਾਰਕ ਵਿੱਚ ਖੇਡ ਰਿਹਾ ਸਾਂ, ਤੁਹਾਡੇ ਜਸੂਸਾਂ ਨੇ ਫੜ ਲਿਆ ਅਤੇ ਚੰਗਾ ਕੁੱਟਿਆ। ਫਿਰ ਆਂਦਾ ਇਸਲਾਮਾਬਾਦ ਬੜਾ ਸੋਹਣਾ ਸ਼ਹਿਰ ਸੀ, ਅਜੇ ਤੱਕ ਨਹੀਂ ਭੁੱਲਿਆ, ਲੇਕਿਨ ਉਹ ਫੈਂਟੀ ਵੀ ਨਹੀਂ ਭੁੱਲੀ। ਇੰਡੀਆ ਪਾਕਿਸਤਾਨ ਇੱਕ ਦੂਸਰੇ ਦਾ ਜੋ ਜੋ ਬੰਦ ਕਰ ਸਕਦੇ ਸਨ ਕਰ ਚੁੱਕੇ ਨੇ। ਹੁਣ ਇਹ ਹੀ ਹੋ ਸਕਦਾ
ਕਿ ਵੀ ਅਸੀਂ ਆਪਣਾ ਆਤਿਫ ਅਸਲਮ ਆਪਣੇ ਕੋਲ ਰੱਖੀਏ ਅਤੇ ਤੁਸੀਂ ਆਸ਼ਾ ਭੋਸਲੇ ਦੀ ਆਵਾਜ਼ 'ਤੇ ਪਿੰਜਰਾ ਬਣਾ ਲਓ, ਜਿਸ ਬੱਚੇ ਦੇ ਦਿਲ 'ਚ ਸੁਰਾਖ ਹੈ ਉਹਨੂੰ ਅੱਲਾਹ 'ਤੇ ਛੱਡ ਦਿਓ, ਸਾਨੂੰ ਉਹਦੀ ਕੋਈ ਪਰਵਾਹ ਨਹੀਂ। ਲੇਕਿਨ ਇਹ ਗੱਲ ਯਾਦ ਰੱਖੋ ਵੀ ਸਰਦੀਆਂ ਵਿੱਚ ਜਿਹੜੀ ਕਾਲੀ ਜ਼ਹਿਰੀਲੀ ਹਵਾ ਚੱਲਦੀ ਹੈ ਜਿਹਨੂੰ ਅਸੀਂ ਫੌਗ ਆਉਂਦੇ ਹਾਂ, ਉਹ ਇਹ ਨਹੀਂ ਪੁੱਛਦੀ ਵੀ ਇਹ ਇੰਡੀਅਨ ਪੰਜਾਬ ਹੈ ਜਾਂ ਪਾਕਿਸਤਾਨੀ। ਜਦੋਂ ਜ਼ਲਜ਼ਲਾ ਆਏਗਾ ਉਹਨੇ ਵੀਜ਼ੇ ਦੇ ਐਪਲੀਕੇਸ਼ਨ ਫਾਰਮ ਨਹੀਂ ਭਰਨਾ। ਜਦੋਂ ਸੋਕਾ ਪਏਗਾ ਜਾਂ ਹੜ੍ਹ ਆਏਗਾ ਤਾਂ ਉਹਨੇ ਵਾਹਗੇ ਬਾਰਡਰ 'ਤੇ ਲਾਈਨ 'ਚ ਨਹੀਂ ਲੱਗਣਾ। ਗੁਆਂਢੀ ਚੰਗਾ ਹੋਵੇ ਜਾਂ ਭੈੜਾ, ਉਹਦੀ ਕਦੀ ਕਦੀ ਲੋੜ ਪੈ ਹੀ ਜਾਂਦੀ ਹੈ। ਇਹ ਨਾ ਹੋਵੇ ਵੀ ਕਿਸੇ ਮੁਸੀਬਤ 'ਚ ਪੈ ਕੇ ਅਸੀਂ ਰਾਤ ਨੂੰ 3 ਵਜੇ ਬੈੱਲ ਮਾਰੀਏ ਅਤੇ ਬੂਹਾ ਖੋਲ੍ਹਣ ਵਾਲਾ ਹੀ ਕੋਈ ਨਾ ਹੋਵੇ। ਰੱਬ ਰੱਖ।